ਡਾਕਟਰ ਸਾਹਿਬ ਬਹੁਤ ਔਖਿਆ ਜੀ, ਜੜ ਕਢਾਉਣੀ ਹੈ। ਇੱਕ ਮਹੀਨਾ ਹੋ ਗਿਆ ਮੈਂ ਵਿਹਲਾ ਬੈਠਾ, ਮੈਥੋਂ ਬੜਾ ਭੈਣ ਕਢਾ ਲਾ। ਲੈ ਵੀ ਹੁਣ ਤੇਰੀ ਨਾ ਜੜ ਕੱਢਦੀ ਆ, ਹੁਣ ਤੂੰ ਸੁਬਹ ਸ਼ਾਮ ਦੁੱਧ ਨਾਲ ਦੋ ਬ੍ਰੈਡ ਖਾਣੇ ਆ। ਨਾ ਇਹ ਤਾਂ ਠੀਕ ਹੈ ਡਾਕਟਰ ਸਾਹਿਬ, ਪਰ ਇਹ ਜਿਹੜੇ ਬ੍ਰੈਡ ਖਾਣੇ ਆ, ਰੋਟੀ ਖਾਣ ਤੋਂ ਪਹਿਲਾਂ ਖਾਣੇ ਆ ਕਿ ਬਾਅਦ ਚ ਖਾਣੇ ਆ? ਡਾਕਟਰ ਸਾਹਿਬ ਤੁਸੀਂ ਤਾਂ ਜੀ ਨਵੇਂ ਝੰਡਾ ਕੱਢਤਾ, ਕੀੜਾ ਮੇਰੇ ਉਪਰਲੇ ਦੰਦ ਲੱਗੇ, ਤੁਸੀਂ ਮੇਰਾ ਥੱਲੇ ਵਾਲਾ ਦੰਦ ਕੱਢਤਾ। ਤੈਨੂੰ ਨੀ ਪਤਾ ਇਹ ਜਿਹੜਾ ਕੀੜਾ ਲੱਗਿਆ ਸੀ ਨਾ ਤੇਰੇ ਦੰਦ ਚ, ਇਹ ਬਾਹਰ ਲੁੱਚਾ ਸੀਗਾ, ਇਹ ਥੱਲੇ ਵਾਲੇ ਦੰਦ ਤੇ ਖੜਾ ਹੋ ਕੇ ਉਪਰਲੇ ਨੂੰ ਖੁੱਚਦਾ ਸੀਗਾ। ਹੁਣ ਦੇਖਦੇ ਆ ਸਾਲਾ ਖੜਾ ਕਿੱਥੇ ਹੁੰਦਾ। ਡਾਕਟਰ ਸਾਹਿਬ ਇੱਕ ਤਕਲੀਫ ਹੋਰ ਹੈ ਜੀ, ਮੈਨੂੰ ਸਾਹ ਲੈਣ ਚ ਨਾ ਬਾਹਲੀ ਤਕਲੀਫ ਹੁੰਦੀ ਹੈ। ਨਾ ਤੜਕੇ ਉੱਠਦਾ ਕਿੰਨੇ ਵਜੇ ਆ? ਮੈਂ ਉੱਠਦਾ ਜੀ ਤੜਕੇ ਸੁਬਹਾ ਸਵੇਰੇ ਸੁਨੇਹਾ 8 ਵਜੇ। ਪਹਿਲਾਂ ਤਾਂ ਮੈਨੂੰ ਐਂ ਦੱਸ, 8 ਵਜੇ ਕਿਹੜੀ ਤੇਰੀ ਮਾਂ ਵਾਲੀ ਸਵੇਰ ਹੁੰਦੀ ਆ? ਕੱਲ ਤੋਂ ਸੁਨੇਹਾ 5 ਵਜੇ ਉੱਠਣਾ, ਕਿਉਂਕਿ 4 ਵਜੇ ਰਾਮਦੇਵ ਦੇ ਬੰਦੇ ਉੱਠ ਕੇ ਨਾ ਸਾਰੇ ਅਸੀਂ ਖਿੱਚ ਲੈਂਦੇ ਹਾਂ।